ਮੰਦਭਾਗੀ ਖਬਰ ਸਾਹਮਣੇ ਆਈ ਹੈ ਇਟਲੀ ਤੋਂ, ਜਿੱਥੇ ਕਿ ਰਾਏਕੋਟ ਦੇ ਪਿੰਡ ਤਲਵੰਡੀ ਰਾਏ ਦੇ ਨੌਜਵਾਨ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ। ਪਿੰਡ ਤਲਵੰਡੀ ਰਾਏ ਦਾ 34 ਸਾਲਾ ਨੌਜਵਾਨ ਪਰਮਿੰਦਰ ਸਿੰਘ 2014 ਦੇ ਵਿੱਚ ਇਟਲੀ ਗਿਆ ਸੀ। ਉਹ ਕੁਝ ਹੀ ਸਮਾਂ ਪਹਿਲਾਂ ਪੱਕਾ ਹੋਇਆ ਸੀ। ਪਰਿਵਾਰ ਨਾਲ ਗੱਲਬਾਤ ਦੌਰਾਨ ਉਹ ਜਲਦ ਪੰਜਾਬ ਪਿੰਡ ਆਉਣ ਦੀ ਗੱਲ ਆਖਦਾ ਸੀ, ਲੇਕਿਨ ਅਨਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਇਸ ਤੋਂ ਪਹਿਲਾਂ ਕਿ ਉਹ ਪੰਜਾਬ ਫੇਰੀ ਕਰਦਾ, ਉਸ ਤੋਂ ਪਹਿਲਾਂ ਹੀ ਹਾਰਟ ਅਟੈਕ ਦੇ ਨਾਲ ਉਸਦੀ ਮੌਤ ਹੋ ਗਈ। ਅੱਜ 20-22 ਦਿਨਾਂ ਤੋਂ ਬਾਅਦ ਉਸਦੀ ਮ੍ਰਿਤਕ ਦੇ ਘਰ ਪਿੰਡ ਪੁੱਜੀ, ਜਿੱਥੇ ਗਮਗੀਨ ਮਾਹੌਲ ਦੇ ਵਿੱਚ ਪਰਮਿੰਦਰ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ। ਇਹ ਮੇਰੀ ਮਾਸੀ ਦਾ ਲੜਕਾ ਪਰਮਿੰਦਰ ਸਿੰਘ, ਜੋ 3 ਭਾਈਆਂ 'ਚ ਛੋਟਾ ਸੀ। ਇਹ ਪਿਛਲੇ ਸਮੇਂ 2014 ਦੇ ਵਿੱਚ ਰੁਜ਼ਗਾਰ ਦੇ ਲਈ ਇਟਲੀ ਗਿਆ ਸੀ। ਉੱਥੇ ਪੱਕਾ ਹੋਇਆ, ਕਿਉਂਕਿ ਅਤੇ ਅਚਾਨਕ ਪਿਛਲੇ ਦਿਨ ਜਿਹੜਾ ਦਿੰਦਾ ਦੌਰਾ ਪੈਣ ਦੇ ਨਾਲ ਕਾਰ ਜਾਣਾ ਪੈ ਗਏ। ਪਿਛਲੇ ਸਾਲ ਹੀ ਇਹਨਾਂ ਦੇ ਜਿਹੜੇ ਪਿਤਾ ਜੀ ਇੰਦਰਜੀਤ ਸਿੰਘ, ਉਹ ਵੀ ਚੜ੍ਹਾਈ ਕੀਤੇ ਸੀ। ਪਰਿਵਾਰ ਦੇ ਵਿੱਚ ਤਾਂ ਪਹਿਲਾਂ ਹੀ ਬੰਦਿਆਂ ਦੀ ਬੜੀ ਘਾਟ ਸੀ, ਜੋ ਅੱਜ ਇਹ ਸਾਨੂੰ ਛੋਟਾ ਦੀਪ ਸਾਡਾ ਕਿੱਡਾ ਵੱਡਾ ਝਟਕਾ ਦੇ ਕੇ ਗਿਆ, ਸਹਿ ਆ। ਸਰਕਾਰ ਤੋਂ ਵੀ ਉਹੀ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦੀ ਆਰਥਿਕ ਤੌਰ 'ਤੇ ਮਦਦ ਕਰ ਦਿੱਤੀ। ਇਹ ਜਿਹੜਾ ਪਰਮਿੰਦਰ ਸਿੰਘ ਆ, 14 ਤੋਂ ਬਾਅਦ ਇੰਡੀਆ ਆਇਆ ਸੀ ਤਾਂ ਪਹਿਲਾਂ ਬਾਅਦ 'ਚ ਕਿਤੇ ਨਹੀਂ ਜੀ, 2014 ਤੋਂ ਬਾਅਦ 10 ਸਾਲ ਬਾਅਦ ਅੱਜ ਕਿਸੇ ਰੂਪ 'ਚ ਆਇਆ ਜੀ। ਨਹੀਂ, ਮੈਨੂੰ ਪਤਾ ਲੱਗਿਆ ਸੀ ਵੀ ਪੱਕਾ ਹੋ ਗਿਆ ਅਤੇ ਇਹਨੇ ਆਉਣ ਦੇ ਦਿਨਾਂ 'ਚ ਇੰਡੀਆ ਆਉਣ ਦਾ ਹੁੰਦਾ ਸੀਗਾ ਜੀ। ਹੁਣ ਇਹਨੂੰ ਪੇਪਰ, ਜਿਹੜੇ ਅਸਲ ਪੇਪਰ ਹੁਣ ਮਿਲੇ ਸੀਗੇ, ਅਤੇ ਉਸ ਤੋਂ ਬਾਅਦ ਇਹਦੀ ਗੱਲ ਹੋਈ ਆ ਤਕਰੀਬਨ, ਅਤੇ ਕਹਿੰਦਾ ਸੀ ਮੈਂ ਥੋੜ੍ਹੇ ਸਮੇਂ ਦੇ ਵਿੱਚ ਆਵਾਂਗਾ। ਚਲੋ, ਫਿਰ ਸਾਰਿਆਂ ਨੂੰ ਖੁਸ਼ੀ ਵੀ ਸੀ ਵੀ ਇੰਨੇ ਚਿਰ ਬਾਅਦ ਬੱਚੇ ਨੇ ਘਰ ਆਉਣਾ, ਕਿਉਂਕਿ ਬਾਪ ਦੀ ਡੈਥ 'ਤੇ ਵੀ ਇਹ ਪਹੁੰਚ ਨਹੀਂ ਸਕਿਆ। ਕਿੰਨੀ ਕੁ ਉਮਰ ਸੀ ਇਹਨਾਂ ਦੀ? ਇਹ ਲਗਭਗ ਜੀ 1988 ਦਾ ਬਰਥ ਸੀ ਇਹਨਾਂ ਦਾ ਜੀ, 34 ਸਾਲ ਲਾ ਲਈਏ ਜੀ। ਅੱਛਾ, ਇਹਨਾਂ ਦੀ ਜਿਹੜੀ ਡੈਡ ਬੋਡੀ ਆ, ਡੈਥ ਤੋਂ ਕਿੰਨੇ ਦਿਨ ਬਾਅਦ ਆਈ ਆ? ਇਹ ਤਾਂ ਜੀ ਤਕਰੀਬਨ, ਇਸ ਬਾਰੇ ਮੈਨੂੰ ਪੂਰੀ ਜਾਣਕਾਰੀ ਨਹੀਂ, ਲਗਭਗ 1 ਮਹੀਨੇ ਤੋਂ ਪਲੱਸ ਹੋਈ ਗਿਆ ਸੀ ਜੀ।